ਸਾਡੇ ਕੋਲ ਇਸ ਸੰਬੰਧੀ ਜਿਹੜੇ ਹੈਗਾ ਸੀ ਆਪ ਰੋਡ ਪਹਿਲਾਂ ਦੋ ਮੁਜਰਮ ਜਿਹੜੇ ਸੀਗੇ ਫੜ ਲਏ ਸੀਗੇ, ਇੱਕ ਮੁਜਰਮ ਹੋਰ ਹੈਗਾ ਯਾਦਵਿੰਦਰ ਸਿੰਘ ਸਾਨੂੰ ਬਿੰਦ ਸਿੰਘ ਪਿੰਡ ਚੱਕ ਪਾਲੀ ਵਾਲਾ ਦਾ, ਇਹਨੂੰ ਅਸੀਂ ਕੱਲ੍ਹ ਸੋਹਣੇ ਵਾਲਾ ਪਿੰਡ ਤੋਂ ਅਰੈਸਟ ਕੀਤਾ, ਜਿਹਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਾਂਗੇ। ਬਾਕੀ ਜਿਹੜੇ ਦੋਸ਼ੀ ਹੈਗੇ ਉਹਨਾਂ ਦੀ ਜਿਹੜੀ ਹੈਗੀ ਹੈ ਭਾਲ ਜਾ ਰਹੀ ਹੈ, ਅਸੀਂ ਆਪਣੀ ਟੀਮਾਂ ਬਣਾ ਕੇ ਜਿਹੜੇ ਹੈਗਾ ਉਹਨਾਂ ਦੀ ਤਲਾਸ਼ ਕਰ ਰਹੇ ਹਾਂ, ਜਿਹਨੂੰ ਜਲਦੀ ਗ੍ਰਿਫਤਾਰ ਕਰ ਲਈਏ। ਸਰ ਇਹ ਕੀ ਮੰਨਿਆ ਤੁਸੀਂ? ਇਹ ਜੋ ਇਹਦੇ ਮਤਲਬ ਖਿਲਾਫ ਇਲਜ਼ਾਮ ਸੀ ਉਹਦੀ ਇਨਵੈਸਟੀਗੇਸ਼ਨ ਅਸੀਂ ਕਰ ਰਹੇ ਹਾਂ, ਉਸਦੀ ਜਿਹੜੀ ਹੈਗੀ ਇਨਵੈਸਟੀਗੇਸ਼ਨ ਹੈ ਜਿਹਨੂੰ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ,